ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਮੋਗੇ। ਦੋਸਤੋ, 27 ਸਾਲਾ ਇੱਕ ਗਰਭਵਤੀ ਔਰਤ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਆ, ਔਰ ਉਹ ਕਿਹੜੇ ਭੇਦ ਭਰੇ ਹਾਲਾਤ ਨੇ, ਆਖਿਰ ਉਸ ਔਰਤ ਨੂੰ ਮੌਤ ਤੱਕ ਪਹੁੰਚਾਉਣ ਵਾਲੇ ਕੌਣ ਨੇ, ਕਿਹਨਾਂ ਦੇ ਉੱਪਰ ਆਰੋਪ ਲੱਗ ਰਹੇ ਨੇ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਸਰਬਜੀਤ ਰੌਲੀ ਜੀ ਮੋਗੇ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰੌਲੀ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ, ਇਹ ਜਿਹੜੀ ਘਟਨਾ ਮੋਗਾ ਦੀ, ਪਹਿਲਾਂ ਡੋਲੀ ਭਾਈ ਦੀ ਹੈ ਜੀ, ਜਿੱਥੋਂ ਦੀ ਇੱਕ ਛਿੰਦਰ ਕੌਰ ਨਾਮ ਦੀ ਇੱਕ ਲੜਕੀ ਸੀ ਜਿਹੜੀ ਕਿ ਗਰਭਵਤੀ ਸੀਗੀ, ਨੂੰ ਕੱਲ੍ਹ ਉਹਨਾਂ ਦੇ ਸੱਸ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਦਵਾਈ ਦਵਾਉਣ ਲਈ ਲਿਆਂਦਾ ਗਿਆ ਸੀਗਾ ਤੇ ਉਹ ਦਵਾਈ ਦਵਾ ਕੇ ਵਾਪਸ ਲੈ ਗਏ ਸੀ ਜੀ। ਅਚਾਨਕ ਉਹਨਾਂ ਦੇ ਕਹਿਣ ਮੁਤਾਬਕ ਘਰੇ ਜਾ ਕੇ ਜਦੋਂ ਦਵਾਈ ਖਾਧੀ ਤੇ ਉਹਦੀ ਜਿਹੜੀ ਹਾਲਤ ਆ ਉਹ ਵਿਗੜ ਗਈ ਤੇ ਦੁਬਾਰਾ ਹਸਪਤਾਲ ਲੈ ਕੇ ਆਏ, ਔਰ ਹਸਪਤਾਲ ਜਦੋਂ ਲੈ ਕੇ ਆਏ ਤੇ ਡਾਕਟਰ ਨੇ ਉਹਦੀ ਕੇਅਰ ਨਹੀਂ ਕੀਤੀ, ਜਿਸ ਕਾਰਨ ਉਹਨਾਂ ਦੀ ਨੂੰਹ ਦੀ ਮੌਤ ਹੋ ਗਈ ਸਰ। ਲੇਕਿਨ ਕੀ ਕਾਰਨ ਹੈ ਕਿ, ਮਤਲਬ ਦਵਾਈ ਖਾਧੀ, ਦਵਾਈ ਤੋਂ ਬਾਅਦ ਹਾਲਾਤ ਵਿਗੜ ਗਏ, ਉਸਦੀ ਹਾਲਤ ਵਿਗੜ ਗਈ, ਮਤਲਬ ਕੀ ਕੀ ਲੱਗ ਰਿਹਾ ਤੁਹਾਨੂੰ? ਕਿਸੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ? ਸੋਮ ਜੀ, ਜਿਹੜੀ ਉਹਦੀ ਸੱਸ ਪਰਮਜੀਤ ਕੌਰ ਦਾ ਕਹਿਣਾ ਹੈਗਾ ਕਿ ਜਿਹੜੀ ਇਹ ਡਾਕਟਰ ਦੇਣ ਗਏ ਸੀ ਕਾਰਨ ਉਹਦੀ ਮੌਤ ਹੋਈ ਆ, ਪਰ ਜਿਹੜੀ ਇੱਥੇ ਕੱਲ ਹੋਰ ਸੋਚਣ ਚ ਆਈ ਆ, ਔਰ ਕਈ ਉੱਥੋਂ ਦੇ ਮੋਹਤ ਪਿੰਡਾਂ ਦੇ ਲੋਕਾਂ ਦਾ ਵੀ, ਉਸ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਇਸ ਲੜਕੇ ਨੇ ਤੇ ਇਸ ਲੜਕੀ ਨੇ ਪਿੰਡ ਵਿੱਚ ਹੀ ਮੈਰਿਜ ਕਰਾਈ ਸੀ ਜੀ। ਔਰ ਇੱਕ ਗੱਲ ਹੋਰ ਜਿਹੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਆ ਕਿ ਜੇਕਰ ਲੜਕੀ ਨੇ ਕੋਈ ਦਵਾਈ ਖਾਧੀ ਸੀ ਤਾਂ ਦਵਾਈ ਖਾਣ ਮੁਤਾਬਕ ਜੇ ਉਹਦੀ ਮੌਤ ਹੋਈ ਹੁੰਦੀ ਤਾਂ ਉਹਦੇ ਮੂੰਹ ਵਿੱਚੋਂ ਝੱਗ ਨਹੀਂ ਸੀ ਆਉਣੀ, ਔਰ ਝੱਗ ਉਸੇ ਹੀ ਵਿਅਕਤੀ ਤੇ ਆਉਂਦੀ ਜਿਸ ਦੀ ਕੋਈ ਜ਼ਹਿਰੀਲੀ ਦਵਾਈ ਖਾਧੀ ਹੋਵੇ। ਤਾਂ ਬਿਲਕੁਲ, ਔਰ ਮੈਂ ਸਕ੍ਰਿਪਟ ਪੜ੍ਹ ਰਿਹਾ ਸੀ, ਕਿਤੇ ਨਾ ਕਿਤੇ ਝੱਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬਿਲਕੁਲ ਜੀ ਬਿਲਕੁਲ, ਤੇ ਜਿਹੜਾ ਪੁਲਿਸ ਦਾ ਇਹੋ ਕਹਿਣਾ ਕਿ ਅਜੇ ਤੱਕ ਉਹ ਇਸ ਜਿਹੜੀ ਮੌਤ ਦੀ ਪੁਸ਼ਟੀ ਨਹੀਂ ਕਰਦੇ, ਜਿਹੜੀ ਪੁਸ਼ਟੀ ਆ ਉਹ ਕਿਸ ਕਾਰਨ ਨਾਲ ਕਾਰਨ ਹੋਈ ਆ ਉਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ ਸਰ। ਰੌਲੀ ਜੀ, ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕੀਤੀ? ਬਿਲਕੁਲ ਜੀ, ਇਸ ਸੰਬੰਧ ਵਿੱਚ DSP ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਕਿ ਉਹਨਾਂ ਜਿਹੜਾ ਪਰਿਵਾਰ ਦੇ ਬਿਆਨਾਂ ਦੇ ਮੁਤਾਬਕ ਜਿਹੜੀ ਲਾਸ਼ ਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਊਗੀ ਉਹਦੇ ਆਧਾਰ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ। ਬਿਲਕੁਲ ਜੀ, ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ ਦਵਾਈ ਖਾਂਦੇ ਹਾਂ ਤਾਂ ਮੂੰਹ 'ਚੋਂ ਝੱਗ ਨਹੀਂ ਆਉਂਦੀ, ਔਰ ਜਦੋਂ ਕੋਈ ਜ਼ਹਿਰੀਲੀ ਦਵਾਈ ਖਾਂਦੇ ਹਾਂ ਤਾਂ ਉਸ ਵੇਲਾ ਮੂੰਹ 'ਚੋਂ ਝੱਗ ਆਉਂਦੀ ਆ, ਔਰ ਸਕ੍ਰਿਪਟ ਦੇ ਵਿੱਚ ਲਿਖਿਆ ਗਿਆ ਸੀ ਕਿ ਉਸ ਜਿਹੜੀ ਔਰਤ ਗਰਭਵਤੀ ਸੀ ਜਿਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਈ ਆ, ਉਸਦੇ ਮੂੰਹ 'ਚੋਂ ਝੱਗ ਆ ਰਹੀ ਸੀ, ਉਹੀ ਜਾਂਚ ਦਾ ਵਿਸ਼ਾ ਹੈ, ਔਰ ਵਿਸ਼ੇ ਤੋਂ ਬਾਅਦ ਜਾਂਚ ਦੀ ਜੋ ਰਿਪੋਰਟ ਆਏਗੀ ਉਸ 'ਤੇ ਸਾਡੀ ਨਜ਼ਰ ਹੈ। ਇਸ ਸੰਬੰਧ ਵਿੱਚ ਰੌਲੀ ਜੀ ਨੇ ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਸਾਨੂੰ ਇੱਕ ਸ਼ਿੰਦਰਪਾਲ ਕੌਰ ਲੇਡੀ ਆ ਜਿਹੜੀ ਪਿੰਡ ਡਰੋਲੀ ਭਾਈ ਤੋਂ ਆ, ਉਹ ਪ੍ਰੈਗਨੈਂਸੀ ਦੀ ਉਹਦੀ ਦਵਾਈ ਚੱਲ ਰਹੀ ਸੀਗੀ ਅਤੇ ਉਹ ਕੱਲ੍ਹ ਆਪਣੇ ਸਿਵਲ ਹੋਸਪਿਟਲ ਤੋਂ ਦਵਾਈ ਲੈ ਕੇ ਗਈ ਸੀ ਮੋਗਾ ਤੋਂ, ਉਸ ਤੋਂ ਬਾਅਦ ਫਿਰ ਉਹ ਆਪਣੇ ਘਰ ਚਲੇ ਗਏ। ਅੱਜ ਦੁਬਾਰਾ ਉਹਨਾਂ ਜਦੋਂ ਦਵਾਈ ਲੈ ਕੇ ਲਈ ਸਵੇਰੇ ਅਤੇ ਉਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਉਹਨੂੰ ਜਦੋਂ ਸਿਵਲ ਹੋਸਪਿਟਲ ਲੈ ਕੇ ਆਏ ਤਾਂ ਉੱਥੇ ਉਹਦੀ ਡੈਥ ਹੋ ਗਈ ਆ। ਅਸੀਂ ਉਹਨਾਂ ਦੇ ਵਾਰਸਾਂ ਨਾਲ ਗੱਲ ਕਰਕੇ ਉਹਨਾਂ ਨੇ ਬਿਆਨ ਲਿਖ ਕੇ ਅਤੇ ਜਿਹੜੀ ਕਾਰਵਾਈ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ। ਤਾਂ ਨਹੀਂ ਦੇਖੋ, ਮੁੱਢਲੀ ਸਟੇਜ 'ਤੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਵੀ ਜੀ ਡੈਥ ਕਿਵੇਂ ਹੋਈ ਹੈ। ਅਤੇ ਇੱਥੇ ਮੰਮੀ ਹੋਰੇ ਲੈ ਆਏ ਜੀ ਇਹਨਾਂ ਨੂੰ, ਰਾਤੀ ਮੈਨੂੰ ਤਾਂ ਦੱਸਿਆ ਨਹੀਂ ਮੰਮੀ ਹੋਰਾਂ ਨੇ, ਮੈਂ ਪਠਾਨਕੋਟ ਸੀਗਾ, ਮੈਨੂੰ ਕਹਿੰਦੇ ਤੁਸੀਂ ਇੱਥੇ ਮੋਗੇ ਲੈ ਕੇ ਆਏ ਸੀਗੇ ਜੀ ਹਸਪਤਾਲ 'ਚ ਜੀ। ਡਰੋਲੀ ਪਿੰਡ ਤੁਸੀਂ ਕਦੋਂ ਆਏ ਹੋ? ਡਰੋਲੀ ਪਿੰਡ ਮੈਂ ਤਾਂ ਜੀ ਰਾਤ ਸੁਬਹਾ ਹੀ ਆਇਆ ਜੀ, ਮੰਮੀ ਹੋਰੇ ਡਰੋਲੀ ਵੀ ਲੈ ਕੇ ਗਏ ਸੀਗੇ ਜੀ, ਅਤੇ ਫਿਰ ਇੱਥੇ ਮੋਗੇ ਲੈ ਕੇ ਆਏ ਆ ਜੀ। ਚੈੱਕ ਕਰਾਉਣਾ ਤੇ ਮੇਰਾ ਭਰਾ ਲੈ ਗਿਆ ਨਾਲ, ਮੰਮੀ ਹੋਰੇ ਸੀਗੇ ਜੀ, ਮੈਂ ਤਾਂ ਗੱਡੀ ਲੈ ਕੇ ਆਇਆ ਸੀਗਾ, ਇਹਨਾਂ ਨੂੰ ਪਤਾ ਜੀ ਮੈਨੂੰ। ਅਸੀਂ ਕੱਲ੍ਹ ਆਏ ਹਾਂ ਜੀ 10:30 ਵਜੇ ਇੱਥੇ ਚੈੱਕ ਕਰਾਉਣ ਵਾਸਤੇ ਲੈ ਕੇ ਆਏ ਹਾਂ।
ਇਹਨਾਂ ਨੇ ਰਿਪੋਰਟਾਂ ਉਹ ਕਰਾ ਲਿਓ, ਉਹ ਰਿਪੋਰਟ ਲਾ ਲਿਓ, ਆਹ ਦਵਾਈ ਵੀ ਲੈ ਕੇ ਦੇ ਦਿੱਤੀ, ਆਹ ਦਵਾਈ ਲੈ ਲਓ ਤੁਹਾਨੂੰ ਸਹੀ ਹੋ ਜੂਗਾ ਤੁਹਾਡਾ, ਹੈ ਨਾ। ਅਤੇ ਉਹ ਦਵਾਈ ਦੇ ਲੈਣ ਦੇ ਕਾਰਨ ਹੀ ਸ਼ਾਮ ਨੂੰ ਜੀ ਅਤੇ ਬਸ 15-20 ਮਿੰਟ ਨਹੀਂ ਪਏ ਗਏ, ਅਤੇ ਉਹ ਕਹਿੰਦੇ ਮੇਰਾ ਸਾਹ ਔਖਾ ਹੁੰਦਾ ਵੀ, ਮੈਨੂੰ ਪ੍ਰੋਬਲਮ ਲੱਗਦੀ ਹੈ ਸਾਹ, ਮੈਨੂੰ ਇੱਥੋਂ ਜਿਵੇਂ ਮੇਰੇ ਸਾਹ ਨਹੀਂ ਆਉਂਦਾ ਹੈਗਾ, ਅਤੇ ਮੈਨੂੰ ਦਵਾ ਦਾ ਕਿਤੇ ਦਾਖਲ ਕਰਾ ਦਿਉ, ਮੈਨੂੰ ਐਂਬੂਲੈਂਸ 'ਚ ਕਿਤੇ ਲੈ ਜਾਓ। ਅਸੀਂ ਐਂਬੂਲੈਂਸ ਬੁਲਾ ਲਈ, ਐਂਬੂਲੈਂਸ ਆ ਲਿਆ ਜੀ, ਘੱਟੋ ਘੱਟ ਬਈ 1.5 ਘੰਟਾ ਲਾਤਾ ਆਉਣ ਲੱਗਿਆ। ਸ਼ਾਮ ਨੂੰ 5 ਵਜੇ ਫੋਨ ਲਾਇਆ ਜੀ ਉਹਨਾਂ ਨੇ ਮੈਨੂੰ, ਪਿੰਡ ਸੀਗੇ ਉਦੋਂ, ਮੇਰੇ ਨਾਲ ਗੱਲ ਕੀਤੀ ਹੈ ਜੀ, ਮੈਂ ਉਦੋਂ ਬਟਾਲੇ ਸੀਗਾ, ਗੱਡੀ ਲੈ ਕੇ ਆਇਆ ਹੋਇਆ ਸੀਗਾ ਜੀ। ਅਤੇ ਐਂਬੂਲੈਂਸ ਦੇ ਵਿੱਚ ਵੀ ਉਹਨਾਂ ਨੇ ਨਾ ਕੋਈ ਆਕਸੀਜਨ ਲਾਈ ਆ, ਕੁਛ ਨਹੀਂ ਲਾਇਆ ਹੈਗਾ, ਸਿੱਧਾ ਉਹਨਾਂ ਨੇ ਫੱਟੇ 'ਤੇ ਪਾ ਲਈ, ਫੱਟੇ 'ਤੇ ਪਾ ਕੇ ਇੱਥੇ ਲਿਆਏ ਆ। ਸਾਨੂੰ ਨਹੀਂ ਪਤਾ ਲੱਗਿਆ ਇੱਥੋਂ ਕਿੱਥੇ ਲੈ ਗਏ ਆ, ਕਿੱਥੇ ਨਹੀਂ। ਸਾਨੂੰ ਤਾਂ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਅਸੀਂ ਇੱਥੇ ਸ਼ਿਫਟ ਕਰਨ ਲੱਗੇ ਹਾਂ, ਫਲਾਣੇ ਤੁਸੀਂ ਅੱਜ ਜਾਵੜੋ ਕੱਲ੍ਹ ਨੂੰ ਆ ਜਾਓ। ਇਹਨਾਂ ਡਾਕਟਰਾਂ ਨੇ ਜੀ ਕੋਈ ਗਲਤ ਦਵਾਈ ਦਿੱਤੀ ਹੈ, ਇਹਨਾਂ ਡਾਕਟਰਾਂ ਕੋਲ ਪੂਰੀ ਹੋਈ ਹੈ ਜੀ, ਉੱਥੇ ਤਾਂ ਸਭ ਕੁਛ ਸਹੀ ਸੀਗਾ ਜੀ, ਮਲੋੜ ਦਾ ਜੀ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀਗੀ ਜੀ। ਹਾਂਜੀ, ਅਸੀਂ ਸਰਕਾਰੀ ਹੋਸਪਿਟਲ ਆਏ ਸੀ, ਮੈਂ ਕੱਲ੍ਹ ਆਪਦੀ ਨੂੰਹ ਨੂੰ ਪਹਿਲਾਂ ਮੈਂ ਡਰੋਲੀ ਲੈ ਕੇ ਗਈ ਸੀ, ਡਰੋਲੀ ਮੈਡਮ ਨੇ ਕਿਹਾ ਵੀ ਤੁਸੀਂ ਮੋਗੇ ਲੈ ਕੇ ਜਾਣਾ, ਮੈਂ ਮੋਗੇ ਲਿਆਈ, ਕੱਲ੍ਹ ਪਰਸੋਂ ਉੱਥੇ ਗਈ ਸੀ, ਕੱਲ੍ਹ ਮੈਂ ਮੋਗੇ ਇੱਥੇ ਲੈ ਆਈ ਹਾਂ। ਇੱਥੇ ਈਸ਼ਾ ਮੈਡਮ ਕੋਲ ਗਏ ਅਸੀਂ ਪਰਚੀ ਕਟਾ ਕੇ, ਈਸ਼ਾ ਮੈਡਮ ਕੋਲ ਗਏ ਹਾਂ, ਮੈਡਮ ਕਹਿੰਦੀ ਤੁਸੀਂ ਇੰਜ ਕਰੋ, ਤੁਸੀਂ ਜਾਓ ਹਾਰਟ ਵਾਲੇ ਕੋਲ, ਉਹ ਤਾਂ ਡਾਕਟਰ ਦਾ ਨਾਂ ਨਹੀਂ ਜਾਣਦੀ, ਉੱਥੇ ਆ ਗਏ 12 ਨੰਬਰ 'ਤੇ, ਉੱਥੋਂ ਉਹ ਡਾਕਟਰ ਕਹਿੰਦਾ ਤੁਸੀਂ ਇੰਜ ਕਰੋ, ਤੁਸੀਂ ECG ਕਰਾਓ। ਅਸੀਂ ECG ਕਰਾਉਣ ਜਾ ਵੜੇ, ECG ਕਰਾ ਕੇ ਮੁੜ ਕੇ ਹਾਰਟ ਵਾਲਾ ਕਹਿੰਦਾ ਮੇਰੇ ਕੋਲ ਫਿਰ ਅਸੀਂ ਹਾਰਟ ਵਾਲੇ ਕੋਲ ਜਾ ਵੜੇ, ਹਾਰਟ ਵਾਲੇ ਨੇ ਦਵਾਈ ਲਿਖਤੀ, ਉਹ ਕਹਿੰਦਾ ਵੀ ਇਹ ਮੈਨੂੰ ਕਹਿੰਦਾ ਵੀ ਇਹਨੂੰ ਇੱਕ ਤਾਂ ਸਾਹ ਦੀ ਪ੍ਰੋਬਲਮ ਹੈ, ਇੱਕ ਇਹਨੂੰ ਧੜਕਣ ਹੈ, ਨੋਰਮਲ ਹੈ। ਮੈਂ ਕਿਹਾ ਠੀਕ ਹੈ ਡਾਕਟਰ ਸਾਹਿਬ। ਮੈਂ ਕਹਿੰਦਾ ਵੀ ਆਹ ਮੈਡੀਸਨ ਲਿਖਤੀ, ਹਫ਼ਤੇ ਦੀ ਦਵਾਈ ਆ। ਕੁੜੀਆਂ ਦੀ ਕਿੰਨੇ ਦਿਨਾਂ ਦੀ ਸਾਰ? ਉਹ ਕਹਿੰਦਾ ਹਫ਼ਤੇ ਦੀ ਆ। ਕਹਿੰਦਾ ਵੀ ਆਹ ਦਵਾਈ ਲੈਣੀ। ਮੈਂ ਕਿਹਾ ਪੁੱਤ ਤੂੰ ਆਪ ਹੀ ਸਮਝ ਲੈ, ਮੈਨੂੰ ਪਤਾ ਨਹੀਂ ਲੱਗਦਾ। ਅਤੇ ਉਹ ਕਹਿੰਦਾ ਪੰਪ ਜਾ ਇੱਕ ਵਾਰ ਨੱਪ ਕੇ ਸਾਹ ਜਾ ਲੈਣਾ। ਚਲੋ ਉਹਨੇ ਇੱਥੇ ਤਾਂ ਲਿਆ ਨਹੀਂ, ਉਹਨੇ ਘਰੇ ਜਾ ਵੜੇ, ਅਸੀਂ ਘਰੇ ਜਾ ਕੇ ਅਤੇ ਦਵਾਈਆਂ ਅਸੀਂ ਬਾਹਰੋਂ ਲੈ ਲਈਆਂ। ਉਹ ਬਾਹਰੋਂ ਦਵਾਈਆਂ ਵਿੱਚੋਂ ਦਵਾਈ ਸੀਗੀ। ਜਦੋਂ ਅਸੀਂ ਦਵਾਈ ਲੈ ਕੇ ਆ ਗਏ ਅਸੀਂ ਘਰੇ, ਅਤੇ ਰਾਤ ਨੂੰ ਚਾਹ ਚੂ ਪੀਤੀ ਘਰੇ, ਰਾਤ ਨੂੰ ਵਧੀਆ ਅਸੀਂ ਆਈਆਂ ਉੱਥੋਂ ਘਰੇ ਆ ਕੇ ਚਾਹ ਚੂ ਪੀ ਕੇ। ਮੁੜ ਕੇ ਮੈਨੂੰ ਆਉਂਦੀ ਕਿ ਮੈਂ ਐਂ ਕਰਕੇ ਮੰਮੀ ਮੇਰੇ ਇੱਥੇ ਚੀਜ਼ ਜਿਹੀ ਨਿਕਲਦੀ, ਮੈਂ ਪੁੱਤ ਐਂ ਕਰ ਹਵਾ ਜੀ ਲੈ ਲਾ ਪੰਪ ਜੇ ਨਾਲ। ਉਹਨੇ ਲੈ ਲਈ। ਮੈਂ ਕਿਹਾ ਤੂੰ ਐਂ ਕਰ, ਕਹਿੰਦੀ ਮੰਮੀ ਹਟੀ ਨਹੀਂ। ਮੈਂ ਕਿਹਾ ਤੂੰ ਟੇਬਲੇਟ ਲੈ ਲਾ ਜਿਹੜੀ ਤੈਨੂੰ ਡਾਕਟਰ ਨੇ ਕਹੀ ਆ। ਮੈਂ ਕਿਹਾ ਤੈਨੂੰ ਹੀ ਪੁੱਤ ਪਤਾ, ਮੈਨੂੰ ਤਾਂ ਪਤਾ ਨਹੀਂ। ਚਲੋ ਉਹਨੇ ਦਵਾਈ ਵੀ ਲੈ ਲਈ, ਦਵਾਈ ਲੈ ਲਈ 15 ਮਿੰਟਾਂ ਬਾਅਦ ਉਹਨੂੰ ਪਤਾ ਨਹੀਂ ਕੀ ਤੜਫਣ ਲੱਗ ਗਈ, ਔਖੀ ਹੋਣ ਲੱਗ ਗਈ। ਹਾਏ ਮੰਮੀ ਮਲ ਦੇ ਇੱਥੋਂ, ਹਾਏ ਮੰਮੀ ਮਲ ਦੇ। ਮੁੜ ਕੇ ਹੱਥ ਮੇਰੇ ਪਰਾਂ ਮਾਰੇ ਚਲਾ ਕੇ। ਮੈਂ ਮੁੰਡੇ ਨੂੰ, ਮੁੰਡਾ ਹੱਟੀ 'ਤੇ ਗਿਆ ਹੋਇਆ ਦੁਕਾਨ ਤੋਂ ਆ ਗਿਆ। ਮੈਂ ਕਿਹਾ ਪੁੱਤ ਪਤਾ ਨਹੀਂ ਇਹਨੂੰ ਕੀ ਹੋ ਗਿਆ। ਮੈਂ ਕਿਹਾ ਦੋ ਐਂਬੂਲੈਂਸ ਵਾਲਿਆਂ ਨੂੰ ਫੋਨ ਕਰ। ਮੈਂ ਕਿਹਾ ਆਪਾਂ ਕਿੱਥੇ ਲੈ ਕੇ, ਡਰੋਲੀ ਤਾਂ ਹਸਪਤਾਲ ਬੰਦ ਹੁੰਦਾ। ਮੈਂ ਕਿਹਾ ਵੀ ਉਹ ਨਹੀਂ ਖੁੱਲ੍ਹਾ ਹੁੰਦਾ, ਪਹਿਲਾਂ ਉੱਥੇ ਲੈ ਜਾਈਏ ਮੋਗੇ ਹੀ। ਮੋਗੇ ਇੱਥੇ ਲੈ ਆਏ ਅਸੀਂ, ਇਸੇ 'ਚ ਹੀ ਲੈ ਕੇ ਆਏ ਸੀ ਜੀ। ਕੀ ਹੋਸਪਿਟਲ ਦਾ ਨਾਂ ਕੀ ਹੈ ਜੀ? ਐਸੇ ਆਹ ਹਸਪਤਾਲ, ਸਰਕਾਰੀ ਹੋਸਪਿਟਲ। ਅਸੀਂ ਰਾਤ ਹੀ ਲੈ ਕੇ ਆਏ ਹਾਂ, ਰਾਤ ਲਿਆਈ ਸੀ 7:30 ਵਜੇ ਤੋਂ ਬਾਹਲੀ ਔਖੀ ਹੁੰਦੀ ਸੀ। ਐਂਬੂਲੈਂਸ ਵਾਲਿਆਂ ਨੂੰ ਕਿਹਾ ਵੀ ਉੱਥੋਂ ਹੀ ਦਵਾਈ ਲਈ ਸੀ, ਦਵਾਈ ਅਸੀਂ ਇੱਥੇ ਆ ਗਏ। ਇੱਥੇ ਆਏ ਤਾਂ ਡਾਕਟਰ ਨੇ ਚਲੋ ਉਹਨਾਂ ਨੂੰ ਸ਼ਿਫਟ ਕੀਤਾ, ਇਹਨਾਂ ਨੇ ਦੇਖਿਆ ਨਹੀਂਗਾ। ਮੈਂ ਬਹੁਤ ਮਿੰਨਤਾਂ ਕੀਤੀਆਂ ਕਰਕੇ, ਹਾੜੇ ਮਿੰਨਤ ਵਾਲੀ ਗੱਲ ਆ, ਮੇਰੀ ਧੀ ਨੂੰ ਬਚਾ ਲਓ। ਉੱਥੇ ਕੋਈ ਡਾਕਟਰ ਸਾਹਿਬ ਜੀ ਮੈਂ ਜਾਣ ਨਾਂ ਨਹੀਂ, ਮੈਂ ਜਾਣਦੀ ਹਾਂ, ਪਰਚੀ 'ਤੇ ਲਿਖਿਆ ਹੋਇਆ, ਉਹ ਡਾਕਟਰ ਨੂੰ ਮੈਂ ਪਛਾਣ ਲਿਆ ਉੱਥੇ। ਜਦੋਂ ਮੇਰੀ ਨੂੰਹ ਕੋਲ ਉਹ ਆਇਆ, ਮੈਂ ਕਿਹਾ ਨਾ ਤੂੰ ਦਵਾਈ ਦਿੱਤੀ ਸੀ ਨਾ ਮੇਰੀ ਨੂੰਹ ਨੂੰ, ਮੈਂ ਕਿਹਾ ਤੂੰ ਵੇਖਿਆ ਸੀਗਾ? ਮੈਂ ਕਿਹਾ ਮੇਰੀ ਨੂੰਹ ਨੂੰ ਪਤਾ ਨਹੀਂ। ਕਹਿੰਦਾ ਮੈਂ ਤਾਂ ਦਿੱਤੀ ਨਹੀਂ ਦਵਾਈ, ਮੈਂ ਤਾਂ ਲਿਖਿਆ ਹੀ ਨਹੀਂ, ਮੈਂ ਦਿੱਤੀ ਨਹੀਂ। ਮੈਂ ਕਿਹਾ ਤੂੰ ਕਿਉਂ ਮੁੱਕਰਦਾ? ਮੈਂ ਕਿਹਾ ਤੂੰ ਦਿੱਤੀ ਆ, ਇਹਨਾਂ ਨੇ ਕਿੰਨਾ ਚਿਰ ਨਹੀਂ ਵੇਖਿਆ। ਮੈਂ ਜਾ ਕੇ ਬਾਂਹ ਫੜ ਲਈ, ਮੈਂ ਕਿਹਾ ਮੇਰੀ ਧੀ ਨੂੰ ਬਚਾ ਲਓ। ਮੈਂ ਸਾਰਿਆਂ ਨੂੰ ਕਹਿੰਦੇ ਬਾਹਰ ਜਾਓ, ਬਾਹਰ ਜਾਓ, ਇੱਥੇ ਰੌਲਾ ਨਹੀਂ ਪਾਉਣਾ ਹੈਗਾ। ਇੱਥੇ ਕੋਈ ਹੋਰ ਪੇਸ਼ੈਂਟ ਸੀਗਾ, ਉਹਨੂੰ ਵੇਖੀ ਗਏ ਆ। ਮੁੜ ਕੇ ਕਹਿੰਦੇ, ਮੈਂ ਉੱਥੇ ਬੈਠ ਗਈ। ਮੈਂ ਕਿਹਾ ਹੁਣ ਤਾਂ ਦੇਖ ਲਓ, ਮੈਂ ਕਿਹਾ ਹੁਣ ਤਾਂ ਮੇਰੀ ਧੀ ਨੂੰ ਵੇਖ ਲਓ।
ਜਦੋਂ ਵੇਖਿਆ ਕਹਿੰਦੇ ਅਸੀਂ ਉੱਧਰ ਉਹਨੂੰ ਉੱਧਰ ਲੈ ਗਏ, ਪਤਾ ਨਹੀਂ ਕੀ ਕੀਤਾ, ਮੁੜ ਕੇ ਬਾਅਦ 'ਚ ਮੈਥੋਂ ਸਾਈਨ ਕਰਾ ਲਏ ਉਹਨਾਂ ਨੇ, ਪਤਾ ਨਹੀਂ ਕਿਉਂ ਮੈਥੋਂ ਸਾਈਨ, ਮੈਂ ਕਿਹਾ ਉੱਧਰ ਇਹਨਾਂ ਨੂੰ ਦਾਖਲ ਕੀਤਾ ਪਤਾ ਨਹੀਂ ਤਾਂ ਸਾਈਨ ਕਰਾਏ ਮੈਥੋਂ, ਮੁੜ ਕੇ ਕਹਿੰਦੇ ਤੁਸੀਂ ਘਰੇ ਜਾਓ, ਕਹਿੰਦਾ ਘਰੇ ਜਾਓ ਸਵੇਰੇ ਆ ਜਾਓ, ਮੈਂ ਕਿਹਾ ਅਸੀਂ ਨਹੀਂ ਘਰੇ ਜਾਣਾ, ਅਸੀਂ ਤਾਂ ਇੱਥੇ ਬੈਠੇ ਹਾਂ, ਉਹਨੂੰ ਜੁੜਵਾਂ ਬੱਚੇ ਹੋਣ ਵਾਲੇ ਸੀ ਜੀ ਦੋ। ਨਹੀਂ ਜੀ ਕੇਸ ਨਹੀਂ ਹੋਇਆ ਗਾ, ਨੋ ਪਤਾ ਹੀ ਨਹੀਂ ਕਿੱਥੇ ਆ, ਮੈਨੂੰ ਤਾਂ ਦੱਸਿਆ ਹੀ ਨਹੀਂ, ਸਾਨੂੰ ਤਾਂ ਰਾਤ ਦੀ ਦਿੱਤੀ ਸੀ ਨਹੀਂ ਕਿੱਥੇ ਆ, ਇੱਧਰ ਮੈਨੂੰ ਕੁੜੀਆਂ ਦੱਸਦੀਆਂ ਉਹ ਕਹਿੰਦੀਆਂ ਇੱਧਰ ਨੂੰ ਲੈ ਕੇ ਗਏ ਆ, ਮੈਂ ਤਾਂ ਅੰਦਰ ਹੀ ਖੜੀ ਰਹਿ ਗਈ। ਇਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।